ਜੇ ਕਿਸੇ ਕੋਲ ਰਾਰਾ ਚਿਕਨ ਦੀ ਰੈਸਿਪੀ ਹੋਵੇ ਤਾਂ ਜ਼ਰੂਰ ਭੇਜਿਓ, ਕਿਉਂਕਿ ਸੋ ਹੈਲੋ ਗਾਈਜ਼, ਵੈਲਕਮ ਹੈ ਜੀ ਤੁਹਾਡਾ ਆਪਦੇ ਫਿਊਚਰ ਵਾਇਸ ਚੈਨਲ ਤੇ। ਇਹ ਤਾਂ ਹੁਣ ਤੁਸੀਂ ਸਾਰੇ ਜਾਣਦੇ ਹੀ ਹੋਗੇ ਕਿ ਇੱਕ ਨਵੀਂ ਕੰਟਰੋਵਰਸੀ ਓਜਲੇ ਤੇ ਰਾਕੇ ਦੀ ਟ੍ਰੈਂਡਿੰਗ ਤੇ ਚੱਲ ਰਹੀ ਹੈ। ਐਂਡ ਯਾਰ ਤੁਸੀਂ ਵੀ ਇਹਨਾਂ ਦੀ ਇੱਕ ਦੂਜੇ ਨੂੰ ਰਿਪਲਾਈ ਕਰਨ ਵਾਲੀ ਵੀਡੀਓਜ਼ ਹੁਣ ਤੱਕ ਦੇਖ ਹੀ ਲਈਆਂ ਹੋਣਗੀਆਂ। ਤੇ ਬਾਈ ਜੀ, ਸਭ ਤੋਂ ਕਮਾਲ ਦੀ ਗੱਲ ਤਾਂ ਇਹ ਹੋਈ ਕਿ ਜਦੋਂ ਰਾਕੇ ਬਾਈ ਨੇ ਲਾਈਵ ਰਿਪਲਾਈ ਵੀਡੀਓ ਚ ਕਿਹਾ ਚੱਲ ਠੀਕ ਆ, ਹੁਣ ਦੇਖ ਕਿੰਨੇ ਕੰਪਨੀ ਨਾਲ ਰਲ ਗਈ ਵੀਰ, ਰਲ ਗਈ ਆ, ਮੈਂ ਮੰਨਦਾ ਰਲ ਗਈ ਆ, ਤੇ ਬੰਦਾ ਸਟ੍ਰਾਈਕ ਮਾਰਦੇ ਆ, ਮੈਨੂੰ ਮੇਲ ਪਾ ਦੋ ਗਾਣਾ ਡਿਲੀਟ ਕਰਦੇ, ਜੇ ਮੈਂ ਨਾ ਕਰਾਂ ਫਿਰ ਜੋ ਤੁਹਾਡਾ ਸਰਦਾ ਬਣਦਾ ਉਹ ਕਰਦੇ ਬੰਦਾ, ਚਾਰਾਂ ਬੰਦਿਆਂ 'ਚ ਸਾਰੇ ਪੰਜਾਬ ਸਾਹਮਣੇ ਲਾਈਵ ਹੋ ਕੇ ਜਲੀਲ ਕਿਵੇਂ ਕਰ ਸਕਦਾ ਕਿਸੇ ਨੂੰ। ਤੇ ਯਾਰ ਅਗਲੇ ਦਿਨ ਰਾਕੇ ਦੀ ਨਵੀਂ ਈਪੀ ਦੇ ਮੇਨ ਗਾਣੇ ਔਨ ਮਾਈ ਔਨ ਦੀ ਵੀਡੀਓ ਤੇ ਸਟ੍ਰਾਈਕ ਪੈ ਗਈ ਤੇ ਯਾਰ ਗਾਣਾ ਯੂਟਿਊਬ ਤੋਂ ਡਿਲੀਟ ਹੋ ਗਿਆ, ਜਿਸ ਦੀ ਸਟੋਰੀ ਰਾਕਾ ਨੇ ਆਪ ਸ਼ੇਅਰ ਕੀਤੀ, ਜਿਸ ਤੋਂ ਬਾਅਦ ਸਾਰਿਆਂ ਦਾ ਸ਼ੱਕ ਕਰਨ ਔਜਲੇ ਤੇ ਜਾ ਰਿਹਾ ਹੈ ਕਿ ਇਹ ਗਾਣਾ ਕਰਨ ਔਜਲੇ ਨੇ ਸਟ੍ਰਾਈਕ ਦੇ ਕੇ ਰਿਮੂਵ ਕਰਵਾਇਆ ਹੈ। ਪਰ ਯਾਰ ਸੋਚਣ ਵਾਲੀ ਗੱਲ ਤਾਂ ਇਹ ਹੈ ਕਿ ਔਜਲੇ ਦੀ ਤਾਂ ਇਸ ਗਾਣੇ ਦੀ ਵੀਡੀਓ 'ਚ ਕੋਈ ਚੀਜ਼ ਹੀ ਨਹੀਂ ਸੀ, ਬਸ ਇੱਕ ਪੁਰਾਣੇ ਮਾਣਕ ਸਾਹਿਬ ਦੇ ਗੀਤ ਦੀ ਛੋਟੀ ਜਿਹੀ ਆਡੀਓ ਕਲਿੱਪ ਔਜਲੇ ਨੂੰ ਪੋਕ ਕਰਨ ਲਈ ਲਾਈ ਸੀ। ਇਹ ਤਾਂ ਆਪਾਂ ਸਾਰਿਆਂ ਨੂੰ ਹੀ ਪਤਾ ਹੈ ਕਿ ਕਰਨ ਔਜਲਾ ਕਿਸੇ ਨਵੇਂ ਆਰਟਿਸਟ ਨਾਲ ਏਦਾਂ ਦਾ ਕੰਮ ਨਹੀਂ ਕਰੂਗਾ। ਤੇ ਜੇ ਮੈਂ ਆਪਣੀ ਰਾਏ ਦੱਸਾਂ ਤਾਂ ਇਹ ਕੰਮ ਕਿਸੇ ਹੋਰ ਪਾਰਟੀ ਦੇ ਵੱਲੋਂ ਵੀ ਕੀਤਾ ਹੋਇਆ ਹੋ ਸਕਦਾ ਹੈ, ਜੋ ਕਿ ਸ਼ਾਇਦ ਇਸ ਗਾਣੇ ਦੇ ਮਿਊਜ਼ਿਕ ਨੂੰ ਲੈ ਕੇ ਸਟ੍ਰਾਈਕ ਲਾ ਦਿੱਤੀ ਹੋਵੇ ਕਿ ਕਰਨ ਔਜਲੇ ਦਾ ਨਾਮ ਬਦਨਾਮ ਹੋ ਜਾਵੇ। ਬਾਕੀ ਮਿੱਤਰੋ, ਤੁਸੀਂ ਕੀ ਸੋਚਦੇ ਹੋ ਕਮੈਂਟਾਂ 'ਚ ਜ਼ਰੂਰ ਦੱਸਣਾ। ਮਿਲਦੇ ਹਾਂ ਨੈਕਸਟ ਵੀਡੀਓ 'ਚ, ਬਾਏ।